ਦੀਪ ਸਿੱਧੂ ਜੀ ਜਿਸ ਦੀ ਅੱਜ ਸਵੇਰੇ ਹੀ ਜ਼ਮਾਨਤ ਹੋਈ ਸੀ ਜਦੋਂ ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਮਿਲਦੀ ਆ ਤੇ ਉਸ ਨੂੰ ਦੂਜੇ ਕੇਸ ਦੇ ਅੰਦਰ ਹੁਣੇ 2 ਘੰਟੇ ਪਹਿਲਾਂ ਅਰੈਸਟ ਪਾ ਲਈ ਗਈ ਦਿੱਲੀ ਪੁਲਿਸ ਤਿਆਰ ਜੀਲ ਚ ਜਾਂਦੀ ਆ ਔਰ ਇੱਕ ਐਫ ਆਈ ਆਰ ਨੰਬਰ 982 2021 ਜਿਹੜੀ ਕਿ ਏਐਸਆਈ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਪਬਲਿਕ ਪ੍ਰੋਪਰਟੀ ਨੂੰ ਡੈਮੇਜ ਕਰਨ ਦਾ ਨੈਸ਼ਨਲ ਆਨਰ ਜਿਹੜਾ ਲਾਲ ਕਿਲਾ ਦਾ ਡੈਮੇਜ ਕਰਨ ਦਾ ਉਸ ਦੇ ਅੰਦਰ ਉਹਦੀ ਅਰੈਸਟ ਕਰ ਪਾ ਲਈ ਜਾਂਦੀ ਆ ਇਹ ਸਾਰਾ ਕੁਝ ਦਿੱਲੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਮੁਕਦਮਾ ਵੀ ਪਹਿਲਾਂ ਤੋਂ ਦਰਜ ਸੀਗਾ ਲੇਕਿਨ ਦਿੱਲੀ ਪੁਲਿਸ ਨੇ ਜਾਣ ਪੁੱਛ ਕੇ ਇਹ ਕੰਮ ਕੀਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨਾਲ ਲੜੇ ਲੋਕਾਂ ਲੋਕਾਂ ਨੂੰ ਖੜੇ ਲੋਕਾਂ ਨੂੰ ਡਰਾਇਆ ਜਾ ਸਕੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਤੁਸੀਂ ਜਮਾਨਤ ਕਰਾਓਗੇ ਅਸੀਂ ਤੁਹਾਨੂੰ ਫੇਰ ਦੁਬਾਰਾ ਅਰੇਸਟ ਕਰ ਲਵਾਂਗੇ ਇਹ ਇਹ ਬਹੁਤ ਹੀ निंदनीय योग्य ਵੀ ਆ ਔਰ ਇਹ ਸੰਵਿਧਾਨ ਦੇ ਖਿਲਾਫ ਵੀ ਆ ਕਾਨੂੰਨ ਦੇ ਖਿਲਾਫ ਵੀ ਆ ਧੱਕਾ ਵੀ ਆ ਇਹ ਜ਼ਬਰ ਹੈ ਦਿੱਲੀ ਪੁਲਿਸ ਦਾ ਜਿਸ ਨੂੰ ਕਿਸੇ ਵੀ ਸੂਰਤੰਦਰ ਅਸੀਂ برداشت ਨਹੀਂ ਕਰਾਂਗੇ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹਾਂ ਕਿਉਂਕਿ ਸਾਰੇ ਲੋਕਾਂ ਦੇ ਇੱਕਦਮ ਪੈਨਿਕ ਮੋਡ ਚ ਫੋਨ ਆਉਣ ਲੱਗ ਪਏ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਇਸ ਕੇਸ ਅੰਦਰ ਵੀ ਅਗਲੇ ਤਿੰਨ ਦਿਨਾਂ ਚ ਜ਼ਮਾਨਤ ਕਰਾਵਾਂਗੇ ਸਰਕਾਰ ਨੇ ਅੱਗੇ ਵੀ ਬੜੇ ਧੱਕੇ ਕੀਤੇ ਨੇ ਜਿਹੜੇ 150 ਲੋਕਾਂ ਦੇ ਅੰਦਰ ਬੰਦ ਕੀਤੇ ਸੀਗੇ 155 ਲੋਕਾਂ ਨੂੰ ਹੁਣ ਤੱਕ ਬਾਹਰ ਕਢਾ ਚੁੱਕੇ ਆ 100 ਲੋਕਾਂ ਤੋਂ ਜ਼ਿਆਦਾ ਜਮਾਨਤਾਂ ਜਿਹੜੀਆਂ ਉਹ ਐਂਟਿਸਿਪੇਟਰੀ ਅਸੀਂ ਕਰਾ ਚੁੱਕੇ ਆ ਕਿਸੇ ਸੂਰਤ ਅੰਦਰ ਵੀ ਇਹ ਜੋ ਇਹਨਾਂ ਨੇ ਮੁਕੱਦਮਾ ਦਰਜ ਕਰਾਇਆ ਇਹ ਕੀਤਾ ਜਿੱਚ ਅਰੈਸਟ ਪਾਈ ਆ ਅਗਲੇ ਹਫਤੇ ਚ ਅਸੀਂ ਜ਼ਮਾਨਤ ਕਰਾਵਾਂਗੇ ਔਰ ਪੁਲਿਸ ਨੂੰ ਇਹਦਾ ਜਵਾਬ ਦੇਾਂਗੇ ਲੇਕਿਨ ਮੈਂ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਪੁਲਿਸ ਧੱਕਾ ਕਰਦੀ ਪਈ ਹੈ ਇਹ ਨਜਾਇਜ਼ ਆ ਸਰਕਾਰਾਂ ਦੇ ਹੱਥਾਂ ਚ ਰਹਿ ਕੇ ਧੱਕੇ ਨਹੀਂ ਕਰਨੇ ਚਾਹੀਦੇ ਤੁਸੀਂ ਜਾਤੀ ਕਰਦੇ ਪਏ ਜੇ ਔਰ ਇਹ ਜਾਤੀ ਜਿਹੜੀ ਆ ਅਸੀਂ ਕੋਟਾ ਕਚਹਿਰੇ ਚ ਲਿਜਾ ਕੇ ਤਾਂ ਪੁਰਜ਼ੋਰ ਜਵਾਬ ਦੇਾਂਗੇ ਮਕੂਲ ਜਵਾਬ ਦੇਾਂਗੇ ਔਰ ਪੁਲਿਸ ਨੂੰ ਇਹਦੀ ਜਵਾਬ ਦੇ ਕੋਟਾ ਚ ਦੇਣੀ ਪਊਗੀ ਹਾਈ ਕੋਟਾ ਚ ਰਿਟ ਪਾ ਕੇ ਅਸੀਂ ਇਹ ਜਵਾਬ ਮੰਗਾਂਗੇ ਜੋ ਪੁਲਿਸ ਅੜਨੇ ਇਸ ਵੇਲੇ ਧੱਕਾ ਕਰਦੀ ਪਈ ਆ ਇਸ ਕਰਕੇ ਹਰ ਸੂਰਤ ਅੰਦਰ ਦੀਪ ਸਿੱਧੂ ਬਾਹਰ ਆਊਗਾ ਔਰ ਅਗਲੇ ਹਫਤੇ ਚ ਬਾਹਰ ਆਊਗਾ